सत श्री अकाल दोस्तों, तुहाडा स्वागत है पंजाब रूट्स दे ऑफिशियल चैनल ते। तो दोस्तों, हुणे हुणे एक बहुत वड्डी खबर निकल के सामने आ रही है सनी मार्टन दी, जो कि सिद्धू मूसेवाले नु याद करके भावुक हुए ते सांझियां कीतियां कुछ पुरानी यादां ते नाल ही गल कीती इस बब्बू मान वे सिद्धू दे विवाद दी। दो गल्लां करनी सी भरा, आपां हुण दो दिन हो गए आपां बब्बू मान दे गाने लाए हन, ते लोकी आंदे कि भरा तुहाडा स्टैंड की है। ਭਰਾ ਆਪਾਂ ਸਟੈਂਡ ਸਟੂੰਡ ਦਾ ਤੁਹਾਨੂੰ, ਤੁਸੀਂ ਇੱਕ ਪਾਸੇ ਹੋਏ ਹੋ, ਤੁਸੀਂ ਦੱਸੋ ਮੈਨੂੰ ਕਿ 90% ਜਿਹੜੇ ਕਮੈਂਟ ਹੁੰਦੇ ਕਹਿੰਦੇ ਭਰਾ ਤੁਹਾਡਾ ਤਾਂ ਤੁਹਾਡੀ ਰੋਟੀ ਮੁੱਕ ਗਈ, ਭਰਾ ਤੁਹਾਨੂੰ ਕੋਈ ਨਹੀਂ ਪੁੱਛਦਾ। ਜੇ ਸਾਨੂੰ ਕੋਈ ਨਹੀਂ ਪੁੱਛਦਾ, ਅਸੀਂ ਜਿਹਦੇ ਗਾਣੇ ਲਾਉਣੇ ਅਸੀਂ ਲਾਵਾਂਗੇ, ਤੁਹਾਨੂੰ ਕੀ ਪਰਵਾਹ। ਮੈਂ 10 ਸਾਲ ਭੰਗੜੇ ਪਾਏ ਆ, 10 ਸਾਲ ਵਾਸਤੇ ਬੱਬੂ ਮਾਨ ਹੀ ਚੱਲਿਆ ਸੀਗਾ, ਹੈ ਨਾ। ਆਪਾਂ ਕਿਸੇ ਨੂੰ ਉਸਤਾਦ ਨਹੀਂ ਆਉਂਦੇ, ਕਿਸੇ ਨੂੰ ਮਾੜਾ ਨਹੀਂ ਆਉਂਦੇ, ਕਿਸੇ ਨੂੰ ਚੰਗਾ ਨਹੀਂ ਆਉਂਦੇ, ਪਰ ਜਿਹੜਾ ਬੰਦਾ ਲੈਜੈਂਡ ਆ ਨਾ ਗੇਮ ਵਿੱਚ, ਉਹਨੂੰ ਉਹ ਲੈਜੈਂਡ ਹੀ ਆ, ਹੈ ਨਾ। ਮੈਂ ਬਹੁਤ ਇੱਦਾਂ, ਮੈਂ ਬਹੁਤ ਘੱਟ ਆ ਨਾ ਲੋਕਾਂ ਨੂੰ ਭਰਾ, ਆਪਾਂ ਇੱਥੇ ਕਨੇਡਾ ਜੰਮੇ ਪਲੇ ਹਾਂ, ਲੈਜੈਂਡ ਲੂਜੈਂਡ ਤਾਂ ਆਪਾਂ ਟੂਪਾਕ ਨੂੰ ਹੀ ਮੰਨਦੇ ਹਾਂ, ਬਹੁਤ ਅਸਮਾ ਲੈਜੈਂਡ, ਯੂ ਨੋ ਟੂਪਾਕ ਬੇਬੀ, ਯੂ ਨੋ ਦੈਟਸ ਅ ਲੈਜੈਂਡ ਫਰ ਮੀ। ਮੈਂ ਪੰਜਾਬੀ ਗੇਮ ਵੱਲ ਬੜਾ ਝਾਕਿਆ ਨਹੀਂ ਕਿ ਕਿਹੜਾ ਲੈਜੈਂਡ ਹੈ ਕਿਹੜਾ ਨਹੀਂ ਗਾ, ਪਰ ਬ੍ਰੋ ਯੂ ਨੋ ਬੱਬੂ ਮਾਨ ਨੂੰ ਆਪਾਂ ਗਲਤ ਨਹੀਂ ਆਖ ਸਕਦੇ ਭਰਾ, ਜਿੰਨੇ ਗਾਣੇ ਉਹਨੇ ਗਾਏ ਆ ਨਾ, ਜਿਹੜੀ ਉਹਦੀ ਕੈਟਲਾਗ ਆ ਗਾਣਿਆਂ ਦੀ, ਅੱਜ ਮੈਂ ਸੁਣੀ ਜਾਂਦਾ ਸੀਗਾ 10 ਗਾਣੇ, 10 ਗਾਣੇ ਜਿਹੜੇ ਘੱਟ ਤੋਂ ਘੱਟ 10 ਆਉਂਦਾ ਬੰਦਾ ਕਿ ਹਿੱਟ ਜਮਾ ਹਿੱਟ, 10 ਵੀ ਨਹੀਂ ਹੈਗੇ ਬਥੇਰੇ, ਪਰ ਜਿੰਨੇ ਮੈਂ ਸੁਣੇ ਅੱਜ ਇੱਕ ਵੀ ਨਹੀਂ ਗਾਣਾ ਮੈਂ ਆਖਿਆ ਕਿ ਇਹਨੂੰ ਸਕਿੱਪ ਮਾਰਨਾ ਆਪਾਂ। ਤੁਸੀਂ ਆਣੇ ਕਿ ਭਰਾ ਤੁਹਾਡਾ ਕੁਛ ਨਹੀਂ, ਤੁਹਾਨੂੰ ਕੋਈ ਨਹੀਂ ਪੁੱਛਦਾ, ਜੇ ਸਾਨੂੰ ਕੋਈ ਨਹੀਂ ਪੁੱਛਦਾ ਤੁਹਾਨੂੰ ਕੀ ਪਰਵਾਹ, ਅਸੀਂ ਕਿਹਦੇ ਗਾਣੇ ਸੁਣੀਏ। ਮੈਂ ਕੱਲ੍ਹ ਨੂੰ ਚੌਂਕੀਲੇ ਦੇ ਗਾਣੇ ਲਾਊਂਗਾ, ਤੁਹਾਨੂੰ ਕੀ ਫਰਕ। ਮੈਂ ਜਿਹਦੇ ਗਾਣੇ ਲਾਉਣੇ ਮੈਂ ਲਾਊਂਗਾ ਬ੍ਰੋ। ਮੈਂ ਤੁਹਾਨੂੰ ਬਥੇਰੇ ਬਹੁਤ ਵਾਰੀ ਆ ਚੁੱਕਿਆ ਕਿ ਜਿਹੜੇ ਸਾਡੇ ਐਂਟੀ ਵੀ ਹੈ ਨਾ, ਸਮਝ ਲਓ ਐਂਟੀ, ਮੈਂ ਸਾਡਾ ਮੇਰਾ ਕੋਈ ਐਂਟੀ ਹੈ ਨੀਗਾ, ਪਰ ਜਿਹੜੇ ਸਾਡੇ ਐਂਟੀ ਆ ਆਪਾਂ ਤਾਂ ਉਹਨੇ ਵੀ ਗਾਣੇ ਲਾਉਂਦੇ ਹਾਂ ਬ੍ਰੋ। ਮੇਰਾ ਕੋਈ ਐਂਟੀ ਹੈ ਨਹੀਂ, ਪਰ ਜਿਹੜੇ ਤੁਹਾਡੀ ਦਿਮਾਗ ਵਿੱਚ ਗੱਲ ਬਹਿ ਗਈ ਆ, ਅਰੁਗਾ ਨੋ ਆਪੋਜੀਸ਼ਨ ਬ੍ਰੋ, ਅਰੁਗਾ ਨੋ ਬੀਫ ਫੋਰ ਨੋ ਮਿਊਜ਼ਿਕ ਗਾਇਸ, ਦੈਟ ਇਜ਼ ਬੀਫ ਟੂ ਮੀ ਬ੍ਰੋ, ਹੈਨਾ। ਪਰ ਮੈਂ ਇੱਕ ਗੱਲ ਜ਼ਰੂਰ ਆਖਣੀ ਆ ਬ੍ਰੋ, ਹੁਣ ਜੇ ਤੁਸੀਂ ਆਖਣਾ ਕਿ ਸਟੈਂਡ ਹੈ ਨੀਗਾ, ਬ੍ਰੋ ਸਟੈਂਡ ਅਸੀਂ ਸੱਚਾਈ ਨਾਲ ਸਟੈਂਡ ਲਿਆ, ਕੋਈ ਆਰਟਿਸਟ ਨਾਲ ਸਟੈਂਡ ਨਹੀਂ ਲੈਂਦੇ ਅਸੀਂ, ਮੇਰੇ ਮਿਊਜ਼ਿਕ ਵਿੱਚ ਕੋਈ ਭਰਾ ਹੈ ਨੀਗੇ, ਹੈਨਾ। ਬਰਡ ਮੇਰਾ ਭਰਾ, ਇਹ ਮਿਊਜ਼ਿਕ ਦਾ ਭਰਾ ਨੀਗਾ ਕਿ ਮਿਊਜ਼ਿਕ ਕਰਕੇ ਮੇਰਾ ਭਰਾ ਬਣਿਆ, ਬਰਡ ਮੇਰਾ ਭਰਾ ਬ੍ਰੋ, ਅਨੋਖੇ ਮੇਰੇ 2-3 ਮਿਊਜ਼ਿਕ ਭਰਾ ਹੈਗੇ ਆ, ਜਿਹੜਾ ਮੈਂ ਮੰਨਦਾ ਕਿ ਭਰਾ ਮੇਰਾ ਸਟੈਂਡ ਲੈਂਦੇ ਮੇਰੇ ਨਾਲ, ਬਾਕੀ ਹੈਗੇ ਠੀਕ ਆ, ਹੈਨਾ। ਪਰ ਮੈਂ ਇੱਕ ਗੱਲ ਜਿਹੜੀ ਸੱਚਾਈ ਹੈ ਨਾ, ਮੈਂ ਉਹ ਤੁਹਾਨੂੰ ਦੱਸਣ ਲੱਗਿਆ ਕਿ ਮੈਨੂੰ 3 ਸਾਲ ਬਹੁਤ 3 ਸਾਲ ਮੈਂ ਸਿੱਧੂ ਨਾਲ ਸਟੂਡੀਓ ਬੈਠਾ, ਮੈਂ ਬਰਡ ਅਤੇ ਸਿੱਧੂ ਬੈਠੇ ਠੀਕ ਆ। ਮੈਂ 2 ਦਿਨ ਹੋ ਗਏ ਮੈਂ ਬੱਬੂ ਮਾਨ ਦੇ ਗਾਣੇ ਲਾਇਆ, ਮੈਂ ਕੱਲ੍ਹ ਨੂੰ ਵੀ ਲਾਊਂਗਾ ਬ੍ਰੋ, ਲੈਜੈਂਡ ਆ ਆਪਣੀ ਗੇਮ ਵਿੱਚ ਬ੍ਰੋ, ਮੈਂ ਮੰਨਦਾ ਊ, ਮੈਂ ਬਹੁਤ ਘੱਟ ਜਾਣ ਨੂੰ ਮੰਨਦਾ ਕਿ ਲੈਜੈਂਡ ਆ, ਮੈਂ ਨਾ ਕਿ ਭਰਾ ਰਿਸਪੈਕਟ ਕਰਨੀ ਚਾਹੀਦੀ ਹੈ ਜਿਹੜਾ ਬੰਦਾ ਵੱਡਾ ਨਾ ਉਮਰ ਵਿੱਚ ਵੀ, ਅਤੇ ਊ ਵੀ ਗਾਇਕੀ ਵਿੱਚ ਵੀ ਕਿ ਉਹਨੇ ਬਥੇਰੇ ਸਾਲ ਕੀਤੀ ਆ, ਪਰ ਸਿੱਧੂ ਨੇ 3 ਸਾਲਾਂ ਵਿੱਚ ਇੱਕ ਅੱਖਰ ਗਲਤ ਨਹੀਂ ਬੋਲਿਆ ਬੱਬੂ ਮਾਨ ਮੇਰੇ ਮੂਹਰੇ, ਠੀਕ ਆ ਬ੍ਰੋ। ਲਾਈਵ ਵਿੱਚ ਉਹ ਗਲਤ ਸਹੀ ਬੋਲਿਆ ਮੈਨੂੰ ਨਹੀਂ ਪਤਾ ਬ੍ਰੋ, ਉਹਦੇ 'ਤੇ ਹੁਣ ਨਹੀਂ ਮੈਂ ਗੱਲ ਕਰਦਾ, ਹੈ ਨਾ। ਪਰ 3 ਸਾਲਾਂ ਵਿੱਚ ਅਸੀਂ ਇਕੱਠੇ ਬੈਠੇ ਹਾਂ ਬ੍ਰੋ, 3 ਸਾਲਾਂ ਵਿੱਚ ਤੁਸੀਂ ਆਣੇ ਕਿ ਸਟੈਂਡ ਹੈ ਨੀਗਾ ਬ੍ਰੋ, ਸਟੈਂਡ ਮੈਂ ਸੱਚਾਈ ਵਿੱਚ ਰਹਿੰਦਾ, ਸਿੱਧੂ ਨੂੰ ਪਤਾ ਅਤੇ ਮੈਨੂੰ ਪਤਾ ਬ੍ਰੋ ਸਾਡੀ ਯਾਰੀ ਕਿੰਨੀ ਸੀ ਅਤੇ ਕਿੰਨੀ ਹੈਗੀ, ਹੈ ਨਾ। ਅਤੇ ਹੁਣ ਛੱਡੋ, ਪਰ ਬ੍ਰੋ ਉਹ ਬੰਦੇ ਨੇ ਕਿਤੇ ਗਲਤ ਨਹੀਂ ਬੋਲਿਆ ਉਹਨੂੰ, ਬਾਕੀ ਉਹਨੇ ਮੈਂ ਨਹੀਂ ਆਹਦਾ ਬੱਬੂ ਮਾਨ ਉਹਨੂੰ ਗਲਤ ਬੋਲਿਆ, ਉਹ ਵੀ ਆਪਦੇ ਥਾਂ 'ਤੇ ਸਹੀ ਆ, ਹੈ ਨਾ। ਪਰ ਸਿੱਧੂ ਨੇ ਗਲਤ ਨਹੀਂ ਬੋਲਿਆ ਕਿਤੇ, ਲਾਈਵ ਵਿੱਚ ਸ਼ਾਇਦ ਗਲਤ ਬੋਲਿਆ, ਉਹ ਤੁਹਾਡੇ 'ਤੇ ਆ, ਮੈਨੂੰ ਨਹੀਂ ਪਤਾ ਹੁਣ। ਦੋਸਤੋ, ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ, ਤਦ ਤੱਕ ਤੁਸੀਂ ਸਾਡੇ ਚੈਨਲ ਪੰਜਾਬ ਰੂਟਸ ਨੂੰ ਸਬਸਕ੍ਰਾਈਬ ਕਰ ਲਓ ਤੇ ਜਾਂਦੇ ਜਾਂਦੇ ਇਸ ਵੀਡੀਓ ਨੂੰ ਲਾਈਕ, ਸ਼ੇਅਰ ਐਂਡ ਕਮੈਂਟ ਜ਼ਰੂਰ ਕਰ ਦਿਓ।